ਇਧਰੋਂ ਪੰਜਾਬ ਦੇ ਵਿੱਚ ਕਾਂਗਰਸੀ ਲੱਗੇ ਪਏ ਨੇਗੇ ਉਹ ਵੀ ਇੱਕ ਦੂਜੇ ਨੂੰ ਟੁੱਟ ਟੁੱਟ ਕੇ ਪੈਂਦੇ ਪਏ ਹੈਗੇ ਵਿਰੋਧੀਆਂ ਤਾਂ ਟੁੱਟ ਟੁੱਟ ਕੇ ਪੈਣੀ ਪੈਣਾ ਆਪਸ ਦੇ ਵਿੱਚ ਵੀ ਉਲਝੇ ਪਏ ਇਸ ਵੇਲੇ ਤਾਂ ਕੱਲ ਤਾਂ ਦਰੋਂ ਸਿੱਧੂ ਸਾਹਿਬ ਲੱਗੇ ਹੋਇਆ ਦੂਜੇ ਪਾਸੇ ਤੋਂ ਬਾਈਬਾ ਸਾਹਾ ਤੇ ਅੱਜ ਮੈਨੂੰ ਲੱਗਦਾ ਵੀ ਸਟੇਜ ਤੋਂ ਵੀ ਲੱਗੇ ਪਏ ਸੀ ਕਾਂਗਰਸੀ ਕਹਿੰਨੇ ਕਿ ਬਾਈ ਰਗੜੇ ਜਾਵਾਂਗੇ ਜੇ ਕਿਤੇ ਆ ਸਮਝੌਤਾ ਹੋ ਗਿਆ ਤਾਂ ਨਹੀਂ ਆਸ਼ੂ ਨੇ ਤਾਂ ਕੱਲ ਹੀ ਕਹਿ ਦਿੱਤਾ ਸੀ ਉਹਨੇ ਕਿਹਾ ਘਰੇ ਬਹਿ ਜਾਾਂਗੇ ਯਾਰ ਫਿਰ ਇਹਦੇ ਨਾਲ ਹੋਰ ਕੀ ਆ ਜੀ ਜੇ ਗੱਠ ਚੋੜ ਹੋ ਗਿਆ ਉਹ ਕਹਿੰਦੇ ਕਿ ਮੂੰਹ ਕਿ ਕਿਨੂੰ ਵਿਖਾਈਏ ਯਾਰ ਲੋਕਾਂ ਨੇ ਭੇਂ ਭੇਂ ਕੇ ਮਾਰਨੀਆਂ ਨੇ। ਥੋੜੀ ਗੱਲਾਂ ਉਹਨਾਂ ਦੀ ਘੱਟ ਥੋੜਾ ਗੁਜ਼ਾਰੀ ਅਗਲੇ ਨੇ। ਉਹ ਤਾਂ ਠੀਕ ਵੀ ਆਪਦੀ ਸੰਤ ਤੇ ਵੇਹੇ ਮੈਨੂੰ ਲੱਗਦਾ। ਉਹ ਤਾਂ ਕਹਿਗਾ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ। ਕਿਦਾਂ ਉਹ ਵਾਲ ਵੀ ਨਹੀਂ ਕਟਾਉਣ ਦਿੱਤੇ ਸੀਗੇ ਤੁਹਾਨੂੰ ਯਾਦ ਹੈ? ਹਾਂਜੀ। ਉਹ ਸੀਨ ਕਿਦਾਂ ਭੁੱਲਿਆ ਜਾ ਸਕਦਾ? ਸਲੂਂਜੇ ਵਾਲਾ। ਹਾਂ ਸਲੂਨ। ਮੈਂ ਸਲੂਨ ਤੋਂ ਤਾਂ ਬਸ ਕਾਂਗਰਸ ਦਾ ਮੂੰਹ ਹੀ ਚੱਕ ਲਿਆ। ਹਾਂਜੀ ਹਾਂਜੀ। ਸਲੂਨ ਚੋਂ ਕਾਂਗਰਸ ਦਾ ਮੂੰਹ ਚੱਕ ਲਿਆ ਸੀ। ਜੀ ਜੀ ਜੀ। ਤਾਂ ਭਾਈ ਹੁਣ ਜਿਹੜੇ ਬੰਦੇ ਨਾਲ ਇਸ ਤਰ੍ਹਾਂ ਹੋਈ ਆ। ਉਹ ਬੋਲਦਾ ਥੋੜੀ ਆ ਜੀ ਇੱਥੇ ਕਿਸੇ ਨੇ ਠਾਣੇ ਚ ਚਾਰ ਪਟੇ ਮਰਵਾਏ ਹੋਣ ਕਿਸੇ ਦੇ ਤੇ ਸਾਰੀ ਜ਼ਿੰਦਗੀ ਉਹ ਰੜਕ ਰੱਖਦਾ ਕਿ ਕਿਤੇ ਕੋਈ ਗੱਲ ਨਹੀਂ ਮੇਰੇ ੱੱੱਕੇ ਚੜ ਗਿਆ ਤੂੰ ਪੰਜ ਮਰਵਾਏ ਸੀ ਮੈਂ 50 ਮਾਰਾਂਗਾ ਤੇ ਮੈਂਬਰ ਵੀ ਨਹੀਂ ਵੋਟ ਪਾਣੀ ਨਹੀਂ ਮੈਂਬਰੀ ਦੀ ਹੋਰ ਤਾਂ ਗੱਲਾਂ ਨਹੀਂ ਕਰ ਤੇ ਹਸਾਬ ਲਾ ਲਓ ਵੀ ਇੱਥੇ ਤੇ ਹੁਣ ਇੱਕ ਸਿਆਸਤਦਾਨ ਦਾ ਹੈਗਾ ਨਾ ਜੀ ਉਹ ਜਿਵੇਂ ਫਿਲਮ ਸੀਗੀ ਉਹ ਬਦਲਾ ਜੱਟੀ ਦਾ ਤੇ ਇੱਥੇ ਵੀ ਤੇ ਉਹ ਹੀ ਸਾਰਾ ਕੁਝ ਚੱਲਣ ਰਿਹਾ ਜੀ ਬਾਕੀ ਹੁਣ ਦੇਖੋ ਗੱਠ ਜੋੜ ਬਾਬਤ ਵੀ ਉਹ ਕਹਿ ਰਹੇ ਸੀਗੇ ਕਾਂਗਰਸੀ ਕਿ ਪਈ ਕੱਖ ਨਹੀਂ ਜੇ ਵਟਿਆ ਜਾਣਾ ਲੋਕਾਂ ਨੇ ਆਪਾਂ ਨੂੰ ਦਿਲੋਂ ਲਾ ਕੇ ਸੁੱਟ ਦੇਣਾ ਤੇ ਚੁੱਪ ਕਰਕੇ ਜਿਵੇਂ ਚੱਲਦਾ ਕੰਮ ਚਲਾਈ ਚੱਲੋ ਅੱਜ ਟ੍ਰਿਬਿਊਨ ਚ ਵੀ ਖਬਰ ਲਾਈ ਬੈਠੇ ਸਨ ਕਿ ਆਮ ਆਦਮੀ ਪਾਰਟੀ ਨੇ ਤੇ ਤਿਆਰੀ ਵੇਢ ਦਿੱਤੀ ਆ ਇਹਦਾ ਮਤਲਬ ਹੈ ਕਿ ਤਿਆਰੀ ਕਾਂਗਰਸ ਨੇ ਵੀ ਵੇਢ ਦਿੱਤੀ ਆ ਉਹ ਵੀ ਧਰਨਿਆਂ ਤੇ ਆ ਗਿਆ ਨਹੀਂ ਖਬਰ ਉਹਨਾਂ ਨੇ ਨਹੀਂ ਪੜ੍ਹੀ ਸੀ ਉਹ ਕਹਿੰਦੇ ਸੰਨ ਵੀ 13 1 14 ਚੰਡੀਗੜ੍ਹ ਵਾਲੀ ਵਿੱਚ ਜੋੜ ਕੇ ਕਹਿੰਦੇ ਅਸੀਂ ਵੀ ਦੱਬਦੇ ਨਹੀਂ ਅਗਲੀ 14 ਤੇ ਅਸੀਂ ਵੀ ਤਿਆਰੀ ਪੂਰੀ ਕਰਨੀ ਉਹ ਤੇ ਫਿਰ ਹੈਗਾ ਹੀ ਆ ਕਾਂਗਰਸ ਹਮੇਸ਼ਾ ਚੰਡੀਗੜ੍ਹ ਵਾਲੀ ਚੋਣ ਲੜਦੀ ਹੁੰਦੀ ਆ ਜੀ ਪਵਨ ਬਾਸਲ ਉੱਥੇ ਆਉਂਦੇ ਸੀਗੇ ਹਾਂਜੀ ਹਾਂਜੀ ਬਾਅਦ ਚ ਬੀਬੀ ਕਿਰਨ ਖੇਰ ਜੀ ਉਹ ਤੇ ਅੱਡਾ ਜਮਾਈ ਬੈਠੀ ਹੁਣ ਪੂਰਾ ਕਹ ਲੋ ਕਿ ਦੋ ਵਾਰੀ ਦਾ ਜੇਤੂ ਰਾਥਾ ਹੈਗਾ ਉਹਨਾਂ ਦਾ ਤੀਜੀ ਵਾਰੀ ਹੁਣ ਵੇਖੋ ਕੀ ਬਣਦਾ ਕਿ ਪਿਛਲੀ ਵਾਰੀ ਅਨੇ ਆਪਦੇ ਘਰ ਵਾਲੇ ਨੂੰ ਤੇ ਚੰਗੀਆਂ ਲਾਂਹਤਾ ਪੁਆਈਆਂ ਸੀਆਂ ਦੋ ਤਿੰਨ ਦੁਕਾਨਾਂ 'ਚ ਤੇ ਬਹਿ ਬਹਿ ਕੇ ਨਿਕਲ ਗਿਆ ਜੀ 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 ਆਤ ਕੀ ਵੇਖੋ ਕੀ ਬਣਦਾ ਤਾਂ ਕਹਿਨ ਦਾ ਮਤਲਬ ਹੈ ਕਿ ਗੱਠ ਜੋੜ ਵਾਲਾ ਕੰਮ ਤੇ ਮੁਸ਼ਕਲ ਹੀ ਹੈ ਵੀ ਸੂਤ ਨਹੀਂ ਆਉਂਦਾ। ਮੁਸ਼ਕਲ ਆ। ਇੱਥੇ ਤਾਂ ਘਟੂ ਘਟ ਗਰਾਊਂਡ ਲੈਵਲ ਤੇ ਆ ਕੇ ਤਾਂ ਔਖਾ ਉੱਪਰਲੀ ਪੋਲਿਟਿਕਸ ਦਾ ਤਾਂ ਪਤਾ ਨਹੀਂਗਾ। ਉੱਤੇ ਤੇ ਹੋ ਜਾਏਗਾ। ਉੱਤੇ ਤੇ ਉਹਦੋਂ ਆਪਾਂ ਗੱਲ ਕੀਤੀ ਆ। ਇੱਥੇ ਨਹੀਂ ਇਹਨਾਂ ਦਾ ਜਿਗਾਰਡ ਲੱਗਣਾ ਮੈਨੂੰ ਲੱਗਦਾ ਸੂਤ। ਢੇਠਾ ਕਿ ਇੱਥੇ ਤਾਂ ਉੱਤੇ ਹੋਈ ਜਾਂਦੀ ਹੈਗੇ। ਆਓ ਇੱਥੇ ਤੇ ਕੰਮ ਔਰ ਕਸੂਤਾ ਹੀ ਆ। ਜੀ। ਹਾਲਾਂਕਿ ਇੱਕ ਧੜਾ ਹੈਗਾ ਜੀ ਸਿੱਧੂ ਵਰਗਾ ਧੜਾ ਕਿ ਜਿਹੜਾ ਇਸ ਗੱਲ ਦੀ وکਾਲਤ ਕਰਦਾ ਕਿ ਹਾਥੀ ਕੇ ਪਾਉ ਮੇ ਸਾਰੇ ਪਾਉ ਜੀ ਇਹ ਕਹਿੰਦੇ ਨਹੀਂ ਨਹੀਂ ਵੀਰ ਹਾਥੀ ਕੇ ਪਾਉ ਉਹ ਫਿਰ ਭਗਵੰਤ ਮਾਨ ਵਾਲਾ ਸ਼ੇਰ ਸੁਣ ਲੈਂਦੇ ਹਨ ਕਿ ਉਹ ਕਹਿੰਦੇ ਨੇ ਕਿ ਆਪਣੇ ਵੱਲੋਂ ਤਾਂ ਦਰਿਆ ਸਮੁੰਦਰ ਦੇ ਘਰ ਜਾਂਦਾ ਹੈ ਹਨਾ ਉਹਨੂੰ ਨਹੀਂ ਪਤਾ ਕਿ ਉਹ ਉਥੇ ਜਾ ਕੇ ਮਰ ਜਾਂਦਾ ਹੈ ਜੀ ਜੀ ਗੱਲ ਇਹ ਆ ਕਿ ਉਹ ਉਸ ਸ਼ੇਰ ਨੂੰ ਫੜ ਲੈਂਦੇ ਆ ਕਿ ਤੁਸੀਂ ਕਹਿੰਦੇ ਜੇ ਕਿ ਹਾਥੀ ਕੇ ਪਾਉਂ ਮੇ ਸਭ ਕਾ ਪਾਉਂ ਤੇ ਇੱਥੇ ਤੇ ਆ ਕਿ ਉਸ ਪਾਉਂ ਦੇ ਵਿੱਚ ਸਾਡੇ ਪਾਉਂ ਦੀ ਤੇ ਫਿਰ ਹਸਤੀ ਹੋਂਦ ਕੁਛ ਰਹਿਣਾ ਹੀ ਨਹੀਂ ਹੈ ਜੀ ਤੇ ਕਿਉਂ ਫਿਰ ਸੋ ਇਸ ਕਰਕੇ ਮੁਸ਼ਕਲ ਆ ਜਿਸ ਤਰ੍ਹਾਂ ਇਧਰੋਂ ਵੀ ਕੰਮ ਸ਼ੁਰੂ ਹੋ ਗਿਆ ਇਧਰੋਂ ਵੀ ਸ਼ੁਰੂ ਹੋ ਗਿਆ ਤੇ ਫਿਰ ਗੁੰਝਾਸਤੇ ਬਚਦੇ ਨਹੀਂ ਆ ਬਾਕੀ ਸਿੱਧੂ ਸਾਹਿਬ ਤੇ ਬਾਜਵਾ ਸਾਹਿਬ ਉਹ ਕੀ ਕਰ ਰਿਆ ਉਹ ਤੇ ਸਾਹਿਬ ਉਹੀ ਜਾਣਣ ਪਰ ਮਸਲਾ ਇਹ ਆ ਕਿ ਉਥੇ ਅੱਜ ਵੜਿੰਗ ਸਾਹਿਬ ਵੀ ਬੋਲੇ ਆ ਕਿ ਜਾਬਤੇ ਚ ਰਹਿਣ ਜੀ ਹਾਲਾਂਕਿ ਸਿੱਧੂ ਦਾ ਨਾਮ ਤੇ ਨਹੀਂ ਲਿਆ ਥੋੜਾ ਥੋੜਾ ਲਿਆ ਜੀ ਰੱਖਣਾ ਪੈਂਦਾ ਕਈ ਵਾਰ ਜੀ ਪ੍ਰਧਾਨ ਨੇ ਪਰ ਇਹ ਕੰਨਾ ਚੋਂ ਜ਼ਰੂਰ ਕੱਢ ਦਿੱਤੀ ਆ ਕਿ ਭਾਈ ਸਾਹਿਬ ਸਿਰ ਚੱਲਿਆ ਕਰੋ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ ਨੁਕਸਾਨ ਅੱਗੇ ਵੀ ਆਪਾਂ ਚੱਲਿਆ। ਜੀ ਮੈਨੂੰ ਇਦਾਂ ਰੱਖਦਾ ਮਿੰਟ 'ਚ ਮਾਫ ਕਰਨਾ ਤੁਹਾਨੂੰ ਮੈਂ ਟੋਕ ਦਿੰਦਾ। ਇਹ ਤਾਂ ਚਲੋ ਠੀਕ ਹੈ। ਜਿਹੜੇ ਇਹਨਾਂ ਦੇ ਹਮੈਤੀ ਨੇ ਉਧਰੋਂ ਸਿੱਧੂ ਸਾਹਬ ਦੇ ਹਮੈਤੀ ਤੇ ਇੱਕ ਸਿੱਧੂ ਸਾਹਬ ਦੇ ਵਿਰੋਧ ਦੇ ਵਿੱਚ ਆਏ ਨੇ। ਉਹਨਾਂ ਦਾ ਕੀ ਬਣੂਗਾ ਜੇ ਕੱਲ ਨੂੰ ਮੰਨ ਲਓ ਸਿੱਧੂ ਉੱਤ ਪਾਵਰ ਆ ਗਈ ਜਾਂ ਕਿਸੇ ਤੇ ਉਹਨਾਂ ਦਾ ਉਹੀ ਬੰਨਾ ਕੁਲਵੀਰ ਸਿੰਘ ਜੀਰਾ ਤੇ ਕਨੈਕਟਰ ਬਣਿਆ ਫਿਰਦਾ ਸੀ ਕਿਸੇ ਟਾਈਮ ਬੱਸ ਜੀ ਨਹੀਂ ਸੀ ਲੱਦੀ ਫਿਰਦਾ ਸਿੱਧੂ। ਜੀ। ਯਾਦ ਹੈ ਤੁਹਾਨੂੰ? ਹਾਂਜੀ। ਇੱਕ ਵਾਰੀ ਬੱਸ ਜੀ ਤੇ ਉਹਦੇ 'ਚ ਫਸ ਕੇ ਸਾਰੇ ਹੀ ਬੈਠੇ ਸੀਗੇ। ਤੇ ਇਹ ਇਹ ਕਲੀਨਰ ਬਣਿਆ ਚੱਲ ਚੱਲ ਚ ਉਸ ਬਸ ਤੋਂ ਉਤਰ ਕੇ ਤੇ ਹੁਣ ਇਧਰਲੇ ਉਹ ਚੜ ਗਿਆ ਬਈ ਕਿਸੇ ਵਹੀਕਲ 'ਚ ਜੀ ਤੇ ਕੱਲ ਨੂੰ ਉਹਨਾਂ ਦਾ ਕੀ ਪਤਾ ਜਿੱਦੋਂ ਬਾਰੀ ਨੂੰ ਹੱਥ ਪੈ ਗਿਆ ਚੜ ਜਾਣਾ ਇਹਨਾਂ ਦਾ ਰਾਜਾ ਵੜਿੰਗ ਤੁਹਾਨੂੰ ਪਤਾ ਕਦੇ ਸਿੱਧੂ ਦੀ ਗੱਡੀ ਚਲਾਉਂਦਾ ਸੀਗਾ ਸਿੱਧੂ ਨੇ ਕਹਿੰਦਾ ਤੂੰ ਸਾਈਡ ਤੇ ਬੈਠ ਪਟਿਆਲੇ ਤੋਂ ਚੰਡੀਗੜ੍ਹ ਵੇਖੀ ਮੈਂ ਤੈਨੂੰ 50 ਮਿੰਟਾਂ 'ਚ ਲਾ ਦੇਣਾ ਤੇ ਜਦੋਂ ਪਟਿਆਲੇ ਵਾਲੇ ਇੱਥੇ ਆਏ ਸੀ ਉਦੋਂ ਇਧਰ ਹਲਕੇ 'ਚ ਗੱਡੀ ਚੰਤਾਰਤਾ ਸੀਗਾ ਆ ਤੁਸੀਂ ਵੇਖ ਲਓ ਪਟਿਆਲੇ ਵਾਲੇ ਨੇ ਤਾਰ ਦਿੱਤਾ ਸੀਗਾ ਸਿੱਧੂ ਨੇ ਚੜਾ ਲਿਆ ਉਹ ਫੇਰ ਬੜਿੰਗ ਸਾਹਿਬ ਸਿੱਧੂ ਦੀ ਗੱਡੀ ਚ ਉਤਰ ਗਏ ਤੇ ਇਹ ਤੇ ਕੰਮ ਚੱਲਦਾ ਹੀ ਹੁੰਦਾ ਹੈ ਜੀ ਜੀ ਹੁਣ ਇਧਰ ਸਿੱਧੂ ਦੇ ਧੜੇ ਚ ਵੀ ਤੇ ਵੇਖੋ ਨਾ ਆਮਲਾ ਸਾਹਿਬ ਆ ਗਿਆ ਹੈ ਜੀਮਾਨ ਸਾਹਿਬ ਹੈਗੇ ਨੇ ਦੋ ਤਿੰਨ ਆਮਾਤ ਵੀ ਪਾਰਟੀ ਚ ਜਿਹੜੇ ਆਈ ਲੀਡਰ ਹੋ ਤੇ ਹੈਗੇ ਆਗੇ ਉਹ ਤਾਂ ਪੱਕੇ ਹੀ ਆ ਨਾਲ ਹੀ ਹੈ ਨਾ ਸਟੇਪ ਮੱਕਿਆ ਉਹਨਾਂ ਦੀ ਤੇ ਮਿਸਾਲ ਆ ਜੀ ਆਮ ਆਦਮੀ ਪਾਰਟੀ ਵਾਲੇ ਵੀ ਉਹ ਤੇ ਪੱਕਾ ਗੱਠ ਜੋੜ ਹੈ ਉਹ ਜਿਵੇਂ ਕਹਿੰਦੇ ਨੇ ਫੈਵੀ ਕੋਲ ਦਾ ਪੱਕਾ ਜੋੜ ਹੈ ਤਾਂ ਗੱਲ ਇਹ ਆ ਕਿ ਇਹਨਾਂ ਦਾ ਕੀ ਬੰਨਣਾ ਬਣਾਉਣਾ ਕੁਝ ਨਹੀਂ ਹੁੰਦਾ ਸਿਆਸਤਦਾਨ ਇਸੇ ਤਰ੍ਹਾਂ ਹੀ ਚੱਲਦੇ ਆ ਵੀ ਕਦੇ ਉਸ ਹਨਾ ਹੁਸਨ ਵਾਲੇ ਕਬੂਤਰ ਕੀ نسل ਸੇ ਹੁੰਦੇ ਆ ਕਦੇ ਉਸ ਕੀ ਬਗਲ ਮੇ ਕਦੇ ਉਸ ਕੀ ਬਗਲ ਮੇ ਹੁੰਦੇ ਥੇ ਇਹ ਇਹਨਾਂ ਦਾ ਹਾਲ ਆ ਕਦੀ ਉਹਦੀ ਛਤਰੀ ਤੇ ਕਦੀ ਉਹਦੀ ਛਤਰੀ ਤੇ ਤਾਂ ਖੈਰ ਮਸਲਾ ਵੱਡਾ ਇਹ ਬਣਿਆ ਪਿਆ ਕਿ ਜਿਸ ਤਰੀਕੇ ਨਾਲ ਸਿੱਧੂ ਨੇ ਅੱਜ ਫੇਰ ਪੋਸਟ ਕਰ ਦਿੱਤਾ ਕਿ ਭਾਈ ਭਾਵੇਂ 100 ਹੀ ਜੁੜੋ ਜੁੜੋ ਜ਼ਰੂਰ ਤੇ ਆਪਦੇ ਹਿਸਾਬ ਨਾਲ ਚੀਫ ਗੈਸਟ ਚੁਣ ਲੋਣ ਸਿੱਧਾ ਤੇ ਕੋਈ ਕਹਿਣੋਂ ਰਿਹਾ ਕਿ ਯਾਰ ਮੈਨੂੰ ਹੀ ਬੁਲਾ ਲਿਆ ਕਰੋ ਤੁਸੀਂ ਕੋਈ ਚੱਕਰ ਨਹੀਂ ਭਾਵੇਂ 100 ਜਣੇ ਜੁੜ ਜਿਓ ਜੀ ਮਤਲਬ ਕਿ ਉਹ ਆਪਣੇ ਹਿਸਾਬ ਕਿਤਾਬ ਦੇ ਨਾਲ ਇੱਕ ਚੁਣავი ਮੋੜ ਦੇ ਵਿੱਚ ਆਏ ਪਏ ਨੇ ਤੇ ਉਧਰੋਂ ਦੂਜੇ ਨਿਸ਼ਾਨੇ ਲਾਉਂਦੇ ਪਏ ਕਿ ਸਿੱਧੂ ਸਾਹਿਬ ਟਿਕੋ ਟਿਕੋ ਰੱਬ ਦਾ ਵਾਸਤਾ ਜੇ ਲੈ ਜਾਾਂਗੇ ਆਪਾਂ ਕਾਂਗਰਸ ਨੂੰ ਲੱਕੋ ਪਰ ਸਿੱਧੂ ਸਾਹਿਬ ਹੁਣ ਟਿਕਣਗੇ ਥੋੜੀ ਗੱਲ ਇਹ ਆ ਕਿ ਉਹਨਾਂ ਦਾ ਰੋਸ ਇਹ ਆ ਕਿ ਸਿੱਧੂ ਸਾਲ ਕੋ ਬਾਅਦ ਆਉਂਦਾ ਹੈ ਮਾਈਕ ਦੇ ਅੱਗੇ ਆ ਕੇ ਤੇ ਲਾ ਕੇ ਰਹਿ ਕਿਤੇ ਰੈਲੀ ਰੇਲਾ ਤੇ ਉਹ ਆਪਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਬਈ ਅਸੀਂ ਧਰਨੇ ਮਜ਼ਾਰੇ ਸਾਰਾ ਸਾਲ ਕਰਦੇ ਰਹਿੰਨੇ ਆ ਉਹ ਤੇ ਸਿੱਧੂ ਸਿੱਧੂ ਹੋ ਜਾਂਦੀ ਆ ਅੰਦਰੋਂ ਕਈ ਵਾਰ ਇਹ ਵੀ ਤਾਂ ਹੁੰਦੀ ਆ ਨਾ ਜੈਲਸ ਫੈਕਟਰ ਵੀ ਤੇ ਹੈਗਾ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਬਿਲਕੁਲ ਇਹ ਪਾਰਟੀ ਦੇ ਵਿੱਚ ਤਾਂ ਬਈ ਗੱਲ ਇਹ ਆ ਨਾ ਕਿ ਕੰਮ ਰੋਬਰ ਕਰਨਾ ਪੈਂਦਾ ਪਰ ਜੇ ਪਰਵਾਨ ਕਰਨਾ ਹੋਵੇ ਕਿਉਂਕਿ ਸਿੱਧੂ ਜੇਲ੍ਹ ਤੋਂ ਆਏ ਜੀ ਉਸ ਤੋਂ ਬਾਅਦ ਉਹਨਾਂ ਦੀ ਬੀਬੀ ਨੂੰ ਕੈਂਸਰ ਹੋ ਗਿਆ ਹਾਂਜੀ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਦੀ ਸ਼ਾਦੀ ਦੀ ਤਿਆਰੀ ਹੋ ਗਈ ਜੀ ਸੋ ਇਸ ਕਰਕੇ ਯਾਰ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਜੇ ਬੈਠ ਕੇ ਆਪਸ ਦੇ ਵਿੱਚ ਆਪਣੀ ਕੁੜੱਤਨ ਕਸ਼ੀਦਗੀ ਜਿਹੜੀ ਹੈਗੀ ਦੂਰ ਕਰ ਲੈਣ ਤੇ ਠੀਕ ਹੈ ਨਹੀਂ ਤੇ ਫਿਰ ਅਲਟੀਮੇਟਲੀ ਕਾਂਗਰਸ ਨੂੰ ਤੇ ਨੁਕਸਾਨ ਹੋਣਾ ਤੈਹੀਆ ਨਾ ਤੇ ਨੁਕਸਾਨ ਉਹਨਾਂ ਨੇ ਕਰਨਾ ਇਹਨਾਂ ਦਾ ਜ਼ਿਆਦਾ ਜਿਨ੍ਹਾਂ ਦੇ ਨਾਲ ਅੱਗੇ ਜਾ ਕੇ ਇਹਨਾਂ ਨੇ ਰਲ ਕੇ ਭਾਜਪਾ ਦਾ ਨੁਕਸਾਨ ਕਰਨਾ ਜੀ 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 ਤੇ ਇੱਕ ਗੱਲ ਹੋ ਰਹੀ ਹੋਏ ਮਿੰਟੋ ਜੀ ਕਿ ਹੁਣ ਇਹ ਵੀ ਨਹੀਂ ਪਤਾ ਕਿ ਨਾਜ਼ਰ ਸਿੰਘ ਮਾਂਛੇ ਜੀ ਉਹ ਕੇਸ ਵਾਪਸ ਰਹਿਣਗੇ ਕਿ ਨਹੀਂ ਲੈਣਗੇ ਜਿਹੜਾ ਮਾਨ ਸਾਹਿਬ ਦੇ ਮਾਨ ਹਾਨੀ ਵਾਲਾ ਕੀਤਾ ਨਹੀਂ ਉਹ ਨਹੀਂ ਹੋਏਗਾ ਉਹ ਨਹੀਂ ਹੋਏਗਾ ਮੇਰੇ ਹਿਸਾਬ ਨਾਲ ਉਹ ਕੇਸ ਤੇ ਚੱਲੇਗਾ ਹੀ ਚੱਲੇਗਾ ਹਾਲ ਦੀ ਜਿਹੜੀ ਉਹ ਤੇ ਚਲੋ ਸਿੱਧੂ ਸਾਹਿਬ ਨਾਲ ਰਹਿਣ ਚਾਹੇ ਕਿਸੇ ਨਾਲ ਵੀ ਰਹਿਣ ਜੀ ਤੇ ਜੇ ਇਸ ਤਰ੍ਹਾਂ ਕੇਸ ਵਾਪਸ ਹੋਣੇ ਹੋਏ ਤਾਂ ਉਹਨਾਂ ਨੇ ਕਿਹਾ ਸਾਡੇ ਵੀ ਕਰੋ ਨਾ ਪਹਿਲਾਂ ਤੇਰੀ ਕਰਾਂਗੇ ਤੁਹਾਡੇ ਜਿਵੇਂ ਉਹ ਉਧਰਲੇ ਕੈਦੀ ਛਡੋ ਤੇ ਅਸੀਂ ਤੁਹਾਡੇ ਕੈਦੀ ਛੱਡਦੇ ਆਂ ਅੱਛਾ ਜੀ ਇਹ ਕੈਦੀਆਂ ਦਾ ਵਟਾਂਦਰਾ ਨਹੀਂ ਹੁੰਦਾ ਹਾਂਜੀ ਤਾਂ ਉਸੇ ਤਰ੍ਹਾਂ ਹੀ ਕੇਸਾਂ ਦਾ ਵੀ ਫਿਰ ਇਹੀ ਹੁੰਦਾ ਹੈ ਕਿ ਤੂੰ ਆਪਦਾ ਕੇਸ ਵਾਪਸ ਲੈ ਲੈ ਤੇ ਮੈਂ ਆਪਦਾ ਕੇਸ ਵਾਪਸ ਲੈ ਲੈਣਾ ਤਾਂ ਫਿਰ ਆਬੀਅਸ ਹੈ ਨਾ ਕਿ ਜੇ ਸੌਦਾ ਹੋਣਾ ਤਾਂ ਬਰਾਬਰੀ ਹੋਏਗਾ ਜੀ 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 ਇਹ ਵੀ ਗੱਲ ਹੈ ਜੀ ਤਾਂ ਇਸ ਤੋਂ ਬਾਅਦ ਬਾਈ ਆਪਾਂ ਅੱਗੇ ਨੂੰ ਚੱਲ ਗਏ ਜੀ ਪਰ ਇਧਰੋਂ ਮੈਂ ਇੱਕ ਦੋ ਕਮੈਂਟ ਲੈ ਲੈਣਾ ਕਿ ਕਹਿੰਨੇ ਕਿ ਕੁਲਵੀਰ ਜੀ ਰਤ ਹੈ ਜੀ ਆਪਦਾ ਭਾਅ ਵਧਾਰਿਆ ਉੱਪਰ ਇੱਕ ਵੀਰ ਕਹਿ ਰਹੇ ਸੀਗੇ ਕਹਿੰਨੇ ਕਿ ਜੀ ਤੇ ਖੁਸ਼ੀ ਕਰ ਰਹੇ ਕਿ ਮੁੱਖ ਮੰਤਰੀ ਵਜੋਂ ਮਸੀਂ ਦੂ ਨੂੰ ਦੇਖਣਾ ਚਾਹੁੰਦਾ ਬਾਈ ਤੇ ਪਤਾ ਨਹੀਂ ਬਾਈ ਚਲੋ ਕੋਈ ਨਹੀਂ ਤਾਂ ਇਲੈਕਸ਼ਨਾਂ ਚ ਪਤਾ ਲੱਗੇਗਾ ਹਾਲੇ ਤਾਂ ਪਹਿਲਾਂ ਮੁੱਖ ਮੰਤਰੀ ਤੋਂ ਪਹਿਲਾਂ ਤਾਂ ਪੀਐਮ ਬਣਨਾਗਾ ਪੀਐਮ ਦੇ ਵਿੱਚ ਦੇਖਦੇ ਕਿ ਉਧਰੋਂ ਰੇਸ ਦੇ ਵਿੱਚ ਕੌਣ ਜਾਂਦਾ ਅੱਗੇ